ਮਾਈ ਡੀਅਰ ਸਟੂਡੈਂਟਸ ਅੱਜ ਆਪਾਂ ਕਰਾਂਗੇ ਪਾਠ ਨੰਬਰ ਪਹਿਲਾ ਪਾਸ਼ਾ ਜਾਂ ਬੋਲੀ ਦਾ ਪਾਠ 2 ਬੋਲੀ ਦੀ ਪਰਿਭਾਸ਼ਾ ਉਹ ਕਹਿੰਦੇ ਬੋਲੀ ਦੀ ਪਰਿਭਾਸ਼ਾ ਕੀ ਹੈ ਡੈਫੀਨੇਸ਼ਨ ਕੀ ਹੈ ਕਿ ਬੋਲੀ ਜਾਂ ਪਾਸ਼ਾ ਇੱਕ ਅਜੀਹਾ ਸਾਧਨ ਹੈ ਜਿੰਦੇ ਰਾਹੀਂ ਮਨੁੱਖ ਆਪਣੇ ਮਨ ਦੇ ਹਾਵਾਂ ਪਾਵਾਂ ਜਾਂ ਆਪਣੀ ਗੱਲਬਾਤ ਨੂੰ ਇੱਕ ਦੂਜੇ ਨੂੰ ਬੋਲ ਕੇ ਜਾਂ ਲਿਖ ਕੇ ਸਾਂਝੀ ਕਰਦੇ ਨੇ ਮਨੁੱਖ ਆਪਣੀ ਗੱਲਬਾਤ ਨੂੰ ਬੋਲ ਕੇ ਜਾਂ ਲਿਖ ਕੇ ਦੂਸਰੇ ਅੱਗੇ ਪ੍ਰਗਟ ਆਉਂਦਾ ਹੈ ਉਹਨੂੰ ਬੋਲੀ ਦਾ ਪਾਸ਼ਾ ਕਹਿੰਦੇ ਨੇ ਦੇਖੋ ਤੁਸੀਂ ਚਿੱਤਰਾਂ ਦੇ ਵਿੱਚ ਵੀ ਦੇਖਿਆ ਤਿੰਨ ਚਿੱਤਰ ਨੇ ਦੋ-ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਕਾਕਾ ਚੱਲ ਬਾਜ਼ਾਰ ਚਲੀਏ ਕੀਤਾ ਪੜਾਈ ਮਨ ਲਾ ਕੇ ਕਰ surjeet ਤੂੰ ਕਿੱਥੇ ਗਿਆ ਸੀ ਮੀਨਸ ਬੋਲੀ ਰਹੀ ਹੀ ਪਾਸ਼ਾ ਰਹੀ ਹੀ ਆਪਾਂ ਆਪਣੇ ਵਿਚਾਰਾਂ ਨੂੰ ਪ੍ਰਗਟਾਨੇ ਆ ਕਿਸੇ ਅੱਗੇ ਵੀ ਆਪਾਂ ਆਪਦੇ ਵਿਚਾਰਾਂ ਨੂੰ ਬੋਲੀ ਰਾਹੀਂ ਜਾਂ ਭਾਸ਼ਾ ਰਾਹੀਂ ਪ੍ਰਗਟਾ ਸਕਦੇ ਆ ਉਹ ਕਹਿੰਦੇ ਬੋਲੀ ਦੀਆਂ ਕਿਸਮਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਜਾਂ ਮੌਖਿਕ ਬੋਲੀ ਦੂਸਰੀ ਇਹ ਲਿਖਤੀ ਜਾਂ ਸਾਈਤਕ ਬੋਲੀ ਉਹ ਕਹਿੰਦੇ ਜਿਹੜੀ ਬੋਲਚਾਲ ਦੀ ਬੋਲੀ ਏ ਤੇ ਲਿਖਤੀ ਜਾਂ ਸਾਈਤਕ ਬੋਲੀ ਕੀ ਅੰਤਰ ਹੈ ਉਹਨਾਂ ਦੋਨਾਂ ਵਿੱਚ ਮੈਂ ਦੱਸ ਦਿਆਂ ਤੁਹਾਨੂੰ ਅੰਤਰ ਪਹਿਲੇ ਆਪਾਂ ਪੜ੍ਹਦੇ ਆ ਬੋਲਚਾਲ ਦੀ ਬੋਲੀ ਕੀ ਏ ਤੇ ਲਿਖਤੀ ਜਾਂ ਸਾਈਤਕ ਬੋਲੀ ਕੀ ਏ ਬੋਲਚਾਲ ਦੀ ਬੋਲੀ ਜਿੰਦੇ ਵਿੱਚ ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਬੋਲ ਕੇ ਪ੍ਰਗਟ ਕਰਦਾ ਹੈ ਬੋਲ ਕੇ ਕਿਸੇ ਦੂਸਰੇ ਨੂੰ ਦੱਸਦਾ ਹੈ ਉਹਨੂੰ ਬੋਲਚਾਲ ਦੀ ਬੋਲੀ ਕਹਿੰਦੇ ਨੇ ਜ਼ੁਬਾਨੀ ਜਾਂ ਮੌਖਿਕ ਵੀ ਕਿਹਾ ਜਾਂਦਾ ਹੈ ਇਸਨੂੰ ਜ਼ੁਬਾਨੀ ਜਾਂ ਮੌਖਿਕ ਵੀ ਕਿਹਾ ਜਾਂਦਾ ਹੈ ਉਹ ਕਹਿੰਦੇ ਕਿ ਪਰ ਇਹ ਸ਼ੁੱਧ ਨਹੀਂ ਹੁੰਦੀ ਬੋਲਚਾਲ ਦੀ ਬੋਲੀ ਸ਼ੁੱਧ ਨਹੀਂ ਹੁੰਦੀ ਤੇ ਲਿਖਤੀ ਬੋਲੀ ਵਿੱਚ ਦੱਸਿਆ ਗਿਆ ਕਿ ਇਹ ਸ਼ੁੱਧ ਹੁੰਦੀ ਹੈ ਮੈਂ ਤੁਹਾਨੂੰ ਇਹਦਾ ਡਿਫਰੈਂਸ ਦੱਸਦੀ ਆਂ ਉਹ ਕਹਿੰਦੇ ਕਿ ਜਦੋਂ 12 ਕੋਹਾਂ ਤੇ ਜਾ ਕੇ ਕੀ ਇਹ ਬੋਲੀ ਬਦਲ ਜਾਂਦੀ ਹੈ ਕਿਉਂ ਬਦਲ ਜਾਂਦੀ ਹੈ ਜਦੋਂ ਆਪਾਂ ਕੀਏ ਕਿਤੇ ਟਰੈਵਲ ਕਰਦੇ ਆਂ ਇੱਕ ਆਪਣੇ ਆਪਣੀ ਸਿਟੀ ਤੋਂ ਕਿਸੇ ਦੀ ਦੂਸਰੀ ਸਿਟੀ ਚ ਜਾਣੇ ਆ ਕਿ ਕਿਸੇ ਦੂਸਰੇ ਇਲਾਕੇ ਚ ਜਾਣੇ ਆ ਉੱਥੇ ਕੀਏ ਥੋੜਾ ਥੋੜਾ ਅੰਤਰ ਆਂਦਾ ਜਾਂਦਾ ਹੈ ਚਲਾਲਾਬਾਦ ਚ ਰਹਿ ਰਹੇ ਆਂ ਮੁਕਸਰ ਜਾਵਾਂਗੇ ਬਠਿੰਡਾ ਜਾਵਾਂਗੇ ਚੰਡੀਗੜ੍ਹ ਜਾਵਾਂਗੇ ਮੋਹਾਲੀ ਜਾਵਾਂਗੇ ਜਾਂ ਰਾਜਸਥਾਨ ਜਾਵਾਂਗੇ ਜਿੱਥੇ ਵੀ ਜਾਵਾਂਗੇ ਉੱਥੇ ਥੋੜਾ ਥੋੜਾ ਬੋਲੀ ਵਿੱਚ ਭਾਸ਼ਾ ਵਿੱਚ ਅੰਤਰ ਆਂਦਾ ਜਾਏਗਾ ਉਹ ਕਹਿੰਦੇ ਜਿਹੜੀ ਬੋਲ ਚੱਲਦੀ ਬੋਲੀ ਹੈ ਆਵਾਜਾਈ ਨੇ ਭਾਵੇਂ ਫਰਕ ਮਿਟਾ ਦਿੱਤੇ ਨੇ ਲੋਕਾਂ ਦੇ ਵਿੱਚ ਕੀਏ ਦੂਸਰੀਆਂ ਭਾਸ਼ਾਵਾਂ ਦੇ ਕੀਏ ਵਰਡ ਆਨੇ ਸ਼ੁਰੂ ਹੋ ਗਏ ਨੇ ਕੁਝ ਕੁਝ ਵਰਡ ਆਪਾਂ ਬੋਲਦੇ ਆਂ ਕੁਝ ਕੁਝ ਸ਼ਬਦ ਆਪਾਂ ਦੂਸਰੀ ਭਾਸ਼ਾ ਦੇ ਬੋਲ ਲੈਣੇ ਆਂ ਪਰ ਫਿਰ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਉਹ ਕਹਿੰਦੇ ਲਿਖਤੀ ਜਾਂ ਸਾਹਿਤਕ ਬੋਲੀ ਕੀ ਹੈ ਜਿੰਦੇ ਨਾਲ ਮਨੁੱਖ ਆਪਣੇ ਮਨ ਦੇ ਭਾਵ ਲਿਖ ਕੇ ਪ੍ਰਗਟ ਕਰਦਾ ਕਿਸੇ ਦੂਸਰੇ ਨੂੰ ਦੱਸਣ ਲਈ ਲਿਖਦਾ ਹੈ ਉਹ ਕਹਿੰਦੇ ਪਰ ਜਿਹੜੀ ਲਿਖਤੀ ਬੋਲੀ ਹੈ ਉਹ ਬੜੀ ਸ਼ੁੱਧ ਹੈ ਤੇ ਉਹ ਕੀ ਵਿਆਕਰਨ ਦੇ ਨੀਮਾਂ ਦੇ ਅਧੀਨ ਵੱਜੀ ਹੋਈ ਹੈ ਗ੍ਰਾਮਰ ਦੇ ਰੂਲਸ ਫੋਲੋ ਕਿਤੇ ਜਾਂਦੇ ਨੇ ਲਿਖਤੀ ਬੋਲੀ ਵਿੱਚ ਕਿਉਂ ਕਿਤੇ ਜਾਂਦੇ ਨੇ ਉਹ ਕਹਿੰਦੇ ਕਿ ਅਖਬਾਰਾਂ ਰਸਾਲੇ ਕਿਤਾਬਾਂ ਇਹ ਸਾਰਾ ਕੁਝ ਲਿਖਤੀ ਬੋਲੀ ਵਿੱਚ ਹੀ ਰਚੇ ਜਾਂਦੇ ਨੇ ਸਾਹਿਤਕਾਰ ਵੀ ਲਿਖਤੀ ਭਾਸ਼ਾ ਦੀ ਵਰਤੋਂ ਕਰਦੇ ਨੇ ਕਿਉਂਕਿ ਇਹਨਾਂ ਦੋਨਾਂ ਵਿੱਚ ਡਿਫਰੈਂਸ ਹੈ ਕਿਵੇਂ ਡਿਫਰੈਂਸ ਹੈ ਦੇਖੋ ਜੀ ਜਿਹੜੀ ਬੋਲਚਾਲ ਦੀ ਬੋਲੀ ਹੈ ਬੋਲਚਾਲ ਦੀ ਬੋਲੀ ਜਾਂ ਮੌਖਿਕ ਬੋਲੀ ਉਹਦੇ ਵਿੱਚ ਮੈਂ ਕਿਹਾ ਓਏ ਇੱਧਰ ਆ ਜਾਂ ਇੱਧਰ ਆ ਓਏ ਮੈਂ ਓਏ ਅੱਗੇ ਲਗਾਤਾ ਪਿੱਛੇ ਲਗਾਤਾ ਜਾ ਰਿਹਾ ਹੈ ਉਹ ਉਹ ਜਾ ਰਿਹਾ ਹੈ ਮਮਤਾ ਕੀ ਕਰ ਰਹੀ ਹੈ ਕੀ ਕਰ ਰਹੀ ਹੈ ਮਮਤਾ ਅੱਗੇ ਲਗਾਵਾ ਪਿੱਛੇ ਲਗਾਵਾ ਮੈਂ ਇਹਦੇ ਵਿੱਚ ਰੂਲਸ ਫੋਲੋ ਨਹੀਂ ਕੀਤੇ ਉਹ ਮੇਰੀ ਮਰਜ਼ੀ ਮੈਂ ਬੋਲ ਕੇ ਆਪਦੇ ਵਿਚਾਰਾਂ ਨੂੰ ਪ੍ਰਗਟ ਕਰਨਾ ਹੈ ਮੈਂ ਜਿਵੇਂ ਮਰਜ਼ੀ ਬੋਲਾਂ ਮੈਂ ਇਹਦੇ ਵਿੱਚ ਰੂਲਸ ਰੂਲਸ ਜਿਹੜੇ ਨਿਯਮ ਨੇ ਉਹ ਫੋਲੋ ਨਹੀਂ ਕਰਦੀ ਕਿਉਂਕਿ ਇਹ ਬੋਲ ਚਾਲ ਦੀ ਬੋਲੀ ਹੈ ਬੋਲਣ ਸਮੇ ਮਨੁੱਖ ਆਪਣੇ ਵਿਚਾਰਾਂ ਨੂੰ ਅੱਗੇ ਪਿੱਛੇ ਕਰ ਸਕਦਾ ਹੈ ਬੋਲ ਕੇ ਜਿਵੇਂ ਮਰਜ਼ੀ ਦੱਸ ਸਕਦਾ ਹੈ ਪਰ ਜਿਹੜੀ ਲਿਖਤੀ ਬੋਲੀ ਹੈ ਜਾਂ ਸਾਹਿਤਕ ਬੋਲੀ ਹੈ ਉਹ ਨੀਮਾਂ ਦੇ ਅਧੀਨ ਵੱਜੀ ਹੋਈ ਹੈ ਇਹਦੇ ਵਿੱਚ ਰੂਲਸ ਫੋਲੋ ਹੁੰਦੇ ਨੇ ਜਿਵੇਂ ਉਹ ਕਿਤਾਬ ਪੜ ਰਿਹਾ ਹੈ ਬੱਚੇ ਫੁੱਟਬਾਲ ਖੇਡ ਰਹੇ ਹਨ ਇਹਦੇ ਵਿੱਚ ਮੈਂ ਪੂਰਾ ਰੂਲਸ ਨੂੰ ਫੋਲੋ ਕੀਤਾ ਮੈਂ ਇਹ ਕਿਉਂ ਨਹੀਂ ਲਿਖਿਆ ਕਿਤਾਬ ਪੜ ਰਿਹਾ ਹੈ ਉਹ ਮੈਂ ਉਹ ਨੂੰ ਪਿੱਛੇ ਕਿਉਂ ਨਹੀਂ ਲਗਾਇਆ ਜਾਂ ਫੁੱਟਬਾਲ ਖੇਡ ਰਹੇ ਹਨ ਬੱਚੇ ਬੱਚੇ ਨੂੰ ਪਿੱਛੇ ਕਿਉਂ ਨਹੀਂ ਲਗਾਇਆ ਮੈਂ ਇਹਨਾਂ ਨੂੰ ਨੀਮਾਂ ਦੇ ਅਧਾਰ ਲਿਖਿਆ ਰੂਲਸ ਦੇ ਅਕੋਰਡਿੰਗ ਲਿਖਿਆ ਸਪੋਜ਼ ਕਰੋ ਕਿ ਮੈਂ ਇਹ ਸੈਂਟੈਂਸਸ ਇਹ ਵਾਕ ਮੈਂ ਬੱਚਿਆਂ ਨੂੰ ਲਿਖਵਾ ਰਹੀਆਂ ਕਲਾਸ 'ਚ ਤਾਂ ਫਿਰ ਮੈਂ ਕੀ ਇਹ ਨੀਮਾ ਨੂੰ ਫੋਲੋ ਕਰਾਂਗੀ ਰੂਲਸ ਨੂੰ ਵੇਖ ਕੇ ਬੱਚਿਆਂ ਨੂੰ ਵਾਕ ਲਿਖਵਾਵਾਂਗੀ ਬੋਲ ਚਾਲ ਦੀ ਬੋਲੀ ਤਰ੍ਹਾਂ ਨਹੀਂ ਇਸ ਕਰਕੇ ਜਿਹੜੀ ਲਿਖਤੀਏ ਬੋਲੀਏ ਜਾਂ ਸਾਹਿਤਕ ਬੋਲੀਏ ਇਹਦੇ ਵਿੱਚ ਹੀ ਕਿਤਾਬਾਂ ਸਾਹਿਤ ਰਸਾਲੇ ਅਖਬਾਰਾਂ ਚਿੱਠੀ ਪੱਤਰ ਜਾਂ ਫਿਰ ਜੋ ਵੀ ਕੁਛ ਹੈ ਜਿਹੜੀਆਂ ਵੀ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਉਹ ਲਿਖਤੀ ਜਾਂ ਸਾਹਿਤਕ ਬੋਲੀ ਵਿੱਚ ਹੀ ਲਿਖੀਆਂ ਜਾਂਦੀਆਂ ਨੇ ਉਹ ਕਹਿੰਦੇ ਕੀ ਜਿਹੜੀ ਇਹ ਬੋਲੀ ਹੈ ਲਿਖਤੀ ਜਾਂ ਸਾਹਿਤਕ ਬੋਲੀ ਸਾਹਿਤਕਾਰ ਵੀ ਇਸ ਬੋਲੀ ਦੀ ਹੀ ਵਰਤੋਂ ਕਰਦੇ ਨੇ ਆਪਦਾ ਸਾਹਿਤ ਲਿਖਣ ਵਾਸਤੇ ਲਿਖਤੀ ਬੋਲੀ ਦੀ ਵਰਤੋਂ ਕਰਦੇ ਨੇ ਕਿਉਂਕਿ ਇਹ ਨੀਮਾ ਦੇ ਅਧੀਨ ਲਿਖੀ ਜਾਂਦੀ ਏ ਕਿਤਾਬਾਂ ਤਾਂ ਹੀ ਸੁੰਦਰ ਲੱਗਦੀਆਂ ਨੇ ਅਖਬਾਰਾਂ ਰਸਾਲੇ ਤਾਂ ਹੀ ਪੜ੍ਹਨੇ ਚੰਗੇ ਲੱਗਦੇ ਨੇ ਕਿਉਂਕਿ ਉਹਦੇ ਵਿੱਚ ਨੀਮਾ ਨੂੰ ਫੋਲੋ ਕੀਤਾ ਜਾਂਦਾ ਹੈ ਸ਼ਬਦ ਪੂਰੇ ਨੀਮਾ ਦੇ ਅਧੀਨ ਲਿਖੇ ਜਾਂਦੇ ਨੇ ਉਹ ਕਹਿੰਦੇ ਕਿ ਜਿਹੜੀ ਹੁਣ ਤਾਂ ਬੋਲਚਾਲ ਦੀ ਬੋਲੀ ਜਾਂ ਮੌਖਿਕ ਬੋਲੀ ਲਿਖਤੀ ਜਾਂ ਸਾਹਿਤਕ ਬੋਲੀ ਦੋ ਹੀ ਬੋਲੀ ਦੇ ਪ੍ਰਕਾਰ ਮੰਨੇ ਗਏ ਨੇ ਪਰ ਪਹਿਲੇ ਬੋਲੀ ਦੇ ਤਿੰਨ ਪ੍ਰਕਾਰ ਸੀ ਤੀਸਰੀ ਬੋਲੀ ਮੰਨੀ ਗਈ ਸੀ ਸੰਕੇਤਕ ਬੋਲੀ ਸੰਕੇਤਕ ਬੋਲੀ ਕੀ ਸੀ ਇਹਦੇ ਵਿੱਚ ਕੀ ਸੀ ਕਿ ਮਨੁੱਖ ਇਸ਼ਾਰਿਆਂ ਰਾਹੀਂ ਆਪਦੇ ਵਿਚਾਰਾਂ ਨੂੰ ਆਪਦੇ ਪਾਵਾਂ ਨੂੰ ਦੱਸ ਸਕਦਾ ਸੀ ਪਰ ਇਸ਼ਾਰਿਆਂ ਰਾਹੀਂ ਮਨੁੱਖ ਆਪਦੇ ਵਿਚਾਰਾਂ ਨੂੰ ਤੇ ਪਾਵਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦਾ ਇਸ ਲਈ ਇਹ ਬੋਲੀ ਪ੍ਰਮਾਣਿਤ ਨਹੀਂ ਮੰਨੀ ਗਈ ਇਸ ਬੋਲੀ ਨੂੰ ਕੱਟ ਦਿੱਤਾ ਗਿਆ ਪਰ ਹਾਂ ਅੱਜ ਕਿਤੇ ਕਿਤੇ ਇਸ ਬੋਲੀ ਦੀ ਵਰਤੋਂ ਹੋ ਰਹੀ ਹੈ ਜਿਵੇਂ ਟ੍ਰੈਫਿਕ ਪੁਲਿਸ ਵਾਲਾ ਜਾਂ ਫਿਰ ਆਪਾਂ ਕਿਸੇ ਸੜਕ ਆਪਾਂ ਕਿਤੇ ਜਾ ਰਹੇ ਹੋਈਏ ਸੜਕ ਤੇ ਕਿੱਤੇ ਕੰਮ ਚੱਲ ਰਿਹਾ ਵੇ ਸੜਕ ਬਨਰੀ ਹੋਵੇ ਜਾਂ ਫਿਰ ਸੜਕ ਖਰਾਬ ਹੋਵੇ ਤੇ ਆਪਾਂ ਨੂੰ ਕੀ ਐਰੋ ਬਣਾ ਕੇ ਉਥੇ ਇੱਕ ਇਸ਼ਾਰੇ ਦੇ ਤੌਰ ਤੇ ਦੱਸਿਆ ਜਾਂਦਾ ਹੈ ਕਿ ਆਪਾਂ ਇਧਰ ਨਹੀਂ ਮੁੜਨਾ ਇਧਰ ਮੁੜਨਾ ਇਹ ਸੰਕੇਤਿਕ ਭਾਸ਼ਾ ਕਿਤੇ ਕਿਤੇ ਇਹਦੀ ਵਰਤੋਂ ਹੋ ਰਹੀ ਹੈ ਟ੍ਰੈਫਿਕ ਪੁਲਿਸ ਵਾਲੇ ਵੀ ਕਰ ਰਹੇ ਨੇ ਪਰ ਮਨੁੱਖ ਆ ਦੇ ਵਿਚਾਰਾਂ ਨੂੰ ਇਸ਼ਾਰਿਆਂ ਰਾਹੀਂ ਪ੍ਰਗਟ ਨਹੀਂ ਕਰ ਸਕਦਾ ਇਸ ਲਈ ਆਪਣੀਆਂ ਜੜੀਆਂ ਦੋ ਬੋਲੀ ਦੇ ਦੋ ਪ੍ਰਕਾਰ ਮੰਨੇ ਗਏ ਨੇ ਬੋਲਚਾਲ ਦੀ ਬੋਲੀ ਜਾਂ ਮੌਖਿਕ ਬੋਲੀ ਤੇ ਲਿਖਤੀ ਜਾਂ ਸਾਹਿਤਕ ਬੋਲੀ